ਵੈਲਕਮ ਅਗੇਨ ਸਟੂਡੈਂਟਸ। ਅਸੀਂ ਗੱਲ ਕਰ ਰਹੇ ਸੀ ਸਾਇੰਸ ਲਾਇਬ੍ਰੇਰੀ ਦੀ, ਟੋਪਿਕ ਨੂੰ ਕੰਟੀਨਿਊ ਕਰਾਂਗੇ ਅਸੀਂ ਸੈਕਸ਼ਨਸ ਆਫ ਸਾਇੰਸ ਲਾਇਬ੍ਰੇਰੀ ਨਾਲ। ਦਾ ਸਾਇੰਸ ਲਾਇਬ੍ਰੇਰੀ ਸ਼ੁੱਡ ਬੀ ਡਿਵਾਈਡਡ ਇਨ ਟੂ ਡਿਫਰੈਂਟ ਸੈਕਸ਼ਨਸ, ਈਚ ਸੈਕਸ਼ਨ ਕੰਟੇਨਿੰਗ ਡਿਫਰੈਂਟ ਟਾਈਪਸ ਆਫ ਬੁੱਕਸ। ਬੁੱਕਸ ਫੋਰ ਸਾਇੰਸ ਲਾਇਬ੍ਰੇਰੀ ਕੈਨ ਬੀ ਡਿਵਾਈਡਡ ਇਨ ਟੂ ਦਾ ਫੋਲੋਇੰਗ ਕੈਟਾਗਰੀਜ਼। ਤਾਂ ਦੂਸਰੀ ਸਾਇੰਸ ਜਿਹੜੀ ਸੋਰੀ ਦੂਸਰੀ ਲਾਇਬ੍ਰੇਰੀ ਆ, ਜਨਰਲ ਲਾਇਬ੍ਰੇਰੀ ਦੇ ਬੇਸ 'ਤੇ ਜਿਹੜੀ ਸਾਇੰਸ ਲਾਇਬ੍ਰੇਰੀ ਦੇ ਸੈਕਸ਼ਨਸ ਨੂੰ ਵੀ ਅਸੀਂ ਦੇਖਾਂਗੇ। ਇਹਦੇ ਵਿੱਚ ਕੁਛ ਕੈਟਾਗਰੀਜ਼ ਨੇ ਜਿਨ੍ਹਾਂ ਦੇ ਹਿਸਾਬ ਨਾਲ ਅਸੀਂ ਸਾਇੰਸ ਦੀ ਲਾਇਬ੍ਰੇਰੀ ਆ ਜਿਹੜੀ ਉਹ ਸੈੱਟ ਕਰ ਸਕਦੇ ਹਾਂ। ਨੰਬਰ ਇੱਕ 'ਤੇ ਹੈਗਾ ਪ੍ਰਸਕ੍ਰਾਈਬਡ ਟੈਕਸਟ ਬੁੱਕਸ। ਜੋ ਟੈਕਸਟ ਬੁੱਕਸ ਪ੍ਰਸਕ੍ਰਾਈਬਡ ਕੀਤੀਆਂ ਹੋਈਆਂ ਨੇ ਯੂਨੀਵਰਸਿਟੀ ਵੱਲੋਂ, ਬੋਰਡ ਵੱਲੋਂ, ਇੰਸਟੀਟਿਊਸ਼ਨ ਦੇ ਹਿਸਾਬ ਨਾਲ, ਜਿਸ ਤਰ੍ਹਾਂ ਦੀ ਤੁਹਾਡੀ ਇੰਸਟੀਟਿਊਸ਼ਨ ਵਿੱਚ ਸਾਇੰਸ ਦੀ ਲਾਇਬ੍ਰੇਰੀ ਸੈੱਟ ਕਰਨੀ ਆ, ਉਹ ਕਾਲਜ ਦੇ ਵਿੱਚ ਕਰਨੀ ਆ, ਸਕੂਲ ਦੇ ਵਿੱਚ ਕਰਨੀ ਆ, ਕਿਸ ਤਰ੍ਹਾਂ ਕਰਨੀ ਆ। ਤਾਂ ਜੇ ਆਪਾਂ ਗੱਲ ਕਰ ਰਹੇ ਹਾਂ ਸਕੂਲ ਦੀ, ਤਾਂ ਜੋ ਵੀ ਬੋਰਡ ਵੱਲੋਂ ਨਿਰਧਾਰਿਤ ਕੀਤੀਆਂ ਹੋਈਆਂ ਪਾਠ ਪੁਸਤਕਾਂ ਨੇ ਉਹਨਾਂ ਦਾ ਸੈਕਸ਼ਨ ਇੱਕ ਹੋਊਗਾ। ਫਿਰ ਹੈ ਸਪਲੀਮੈਂਟਰੀ ਐਂਡ ਇੰਸਪੀਰੇਸ਼ਨਲ ਬੁੱਕਸ ਲਾਈਕ ਦਾ ਹਾਰਵੈਸਟ ਆਫ ਸੀ, ਦਾ ਟਾਈਮ ਮਸ਼ੀਨ, ਬਾਇਓਗ੍ਰਾਫੀਜ਼, ਦਾ ਰੋਮਾਂਸ ਆਫ ਕੈਮਿਸਟਰੀ। ਇਸ ਤਰ੍ਹਾਂ ਦੀਆਂ ਬੁੱਕਸ ਜਿਹੜੀਆਂ ਸਪਲੀਮੈਂਟਰੀ ਨੇ ਜਾਂ ਇੰਸਪੀਰੇਸ਼ਨਲ ਨੇ, ਅਲੱਗ ਦੀਆਂ ਨੇ, ਐਕਸਟਰਾ ਨੇ ਅਤੇ ਮੋਟੀਵੇਸ਼ਨ ਦਿੰਦੀਆਂ ਨੇ, ਇੰਸਪਾਇਰ ਕਰਦੀਆਂ ਨੇ। ਇਸ ਤਰ੍ਹਾਂ ਦੀਆਂ ਬੁੱਕਸ ਨੇ ਜਿਹੜੀਆਂ ਉਹ ਇੱਕ ਸੈਕਸ਼ਨ ਦਾ ਹਿੱਸਾ ਹੋਣਗੀਆਂ। ਹੋਰ ਕਿਸ ਤਰ੍ਹਾਂ ਹੋਣਗੀਆਂ? ਬੈਕਗਰਾਊਂਡ ਬੁੱਕਸ। ਬੈਕਗਰਾਊਂਡ ਬੁੱਕਸ ਸੈਕਸ਼ਨ 'ਚ ਸੱਚ ਐਜ਼ ਦਾ ਸਟੋਰੀ ਆਫ ਦਾ ਅਰਥ, ਦਾ ਹਿਊਮਨ ਮਸ਼ੀਨ, ਦਾ ਸਟੋਰੀ ਆਫ ਸਟੀਮ ਇੰਜਨ, ਇਸ ਤਰ੍ਹਾਂ ਦੀਆਂ ਬੁੱਕਸ ਜਿਹੜੀਆਂ ਬੈਕਗਰਾਊਂਡ ਬੁੱਕਸ ਹੁੰਦੀਆਂ ਨੇ, ਜਿਨ੍ਹਾਂ ਤੋਂ ਸਾਨੂੰ ਇਨਵੈਂਸ਼ਨ ਦਾ ਪਤਾ ਲੱਗਦਾ ਹੈ ਕਿੱਥੋਂ ਕੀ ਬਣਿਆ, ਤਾਂ ਉਸ ਤਰ੍ਹਾਂ ਦੀਆਂ ਜਿਹੜੀਆਂ ਬੁੱਕਸ ਨੇ ਉਹ ਇੱਕ ਸੈਕਸ਼ਨ ਦਾ ਹਿੱਸਾ ਹੋਣਗੀਆਂ। ਫਿਰ ਨੇ ਰੈਫਰੈਂਸ ਬੁੱਕਸ। ਰੈਫਰੈਂਸ ਬੁੱਕਸ ਕਿਹੜੀਆਂ ਹੁੰਦੀਆਂ ਨੇ? ਸੱਚ ਐਜ਼ ਕੋਮਨ ਪਲਾਂਟਸ, ਆ ਡਿਕਸ਼ਨਰੀ ਆਫ ਸਾਇੰਸ, ਐਨ ਐਨਸਾਈਕਲੋਪੀਡੀਆ ਆਫ ਸਾਇੰਸ, ਹਿਸਟਰੀ ਆਫ ਸਾਇੰਸ, ਜਿਹੜੀਆਂ ਜਰਨਲ ਨੇ, ਭਾਵ ਜਿਨ੍ਹਾਂ ਦੇ ਬੇਸ 'ਤੇ ਅਸੀਂ ਦੂਸਰੀਆਂ ਬੁੱਕਸ ਫਾਇੰਡ ਕਰ ਸਕਦੇ ਹਾਂ ਜਾਂ ਅਸੀਂ ਆਪਣੇ ਪੁਆਇੰਟਸ ਨੇ ਜਿਹੜੇ ਉਹ ਫਾਇੰਡ ਕਰ ਸਕਦੇ ਹਾਂ ਜਾਂ ਅਸੀਂ ਵਰਡਸ ਨੇ ਜਿਹੜੇ ਉਹ ਫਾਇੰਡ ਕਰ ਸਕਦੇ ਹਾਂ। ਇਸ ਤਰ੍ਹਾਂ ਦੀਆਂ ਬੁੱਕਸ, ਇਸ ਤਰ੍ਹਾਂ ਦੀਆਂ ਡਿਕਸ਼ਨਰੀਜ਼, ਐਨਸਾਈਕਲੋਪੀਡੀਆਜ਼, ਇਹ ਸਾਰੇ ਇੱਕ ਸੈਕਸ਼ਨ ਹੋਣਗੇ ਜਿਨ੍ਹਾਂ ਨੂੰ ਰੈਫਰੈਂਸ ਬੁੱਕਸ ਦੇ ਵਿੱਚ ਵੰਡਿਆ ਜਾਊਗਾ। ਫਿਰ ਹੈਗੇ ਨੇ ਪਾਪੂਲਰ ਐਂਡ ਸਟੈਂਡਰਡ ਜਰਨਲਸ। ਮਹੱਤਵਪੂਰਨ ਮਸ਼ਹੂਰ ਜਰਨਲਸ ਜਿਹੜੇ ਹੁੰਦੇ ਨੇ ਉਹਨਾਂ ਦਾ ਇੱਕ ਸੈਕਸ਼ਨ ਹੋਊਗਾ। ਜਰਨਲਸ ਆਫ ਰੈਲੇਵੈਂਸ ਸ਼ੁੱਡ ਅਕੂਪਾਈ ਐਨ ਇੰਪੋਰਟੈਂਟ ਪਾਰਟ ਇਨ ਦਾ ਸਾਇੰਸ ਲਾਇਬ੍ਰੇਰੀ ਐਂਡ ਦਾ ਸਾਇੰਸ ਟੀਚਰ ਸ਼ੁੱਡ ਇੰਪ੍ਰੈਸ ਅਪੋਨ ਦਾ ਸਟੂਡੈਂਟ ਆਫ ਦਾ ਯੂਜ ਆਫ ਸੱਚ ਜਰਨਲਸ। ਕੁਛ ਜਰਨਲਸ ਦੀਆਂ ਉਦਾਹਰਨਾਂ ਦਿੱਤੀਆਂ ਹੋਈਆਂ ਨੇ, ਤਾਂ ਪਾਪੂਲਰ ਸਟੈਂਡਰਡ ਜਰਨਲਸ ਨੇ ਜਿਹੜੇ ਉਹਨਾਂ ਨੂੰ ਪੜ੍ਹਨ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਸਟੂਡੈਂਟਸ ਨੂੰ। ਇਹਨਾਂ ਦਾ ਵੀ ਇੱਕ ਸੈਕਸ਼ਨ ਹੁੰਦਾ ਹੈ ਲਾਇਬ੍ਰੇਰੀ ਦੇ ਵਿੱਚ, ਸਾਇੰਸ ਲਾਇਬ੍ਰੇਰੀ 'ਚ। ਇਹਦੇ ਵਿੱਚ ਜਿਵੇਂ ਸਾਇੰਸ ਰਿਪੋਰਟਰ ਇੰਡੀਆ, ਸਾਇੰਸ ਟੂਡੇ ਇੰਡੀਆ, ਇਹ ਜਰਨਲਸ ਨੇ। ਸਾਇੰਸ ਸਕੂਲ ਸਾਇੰਸ ਐਨ ਸੀ ਈ ਆਰ ਟੀ ਦਾ ਜਰਨਲ ਆ, ਜੂਨੀਅਰ ਸਾਇੰਟਿਸਟ, ਕੈਮਿਸਟਰੀ ਟੂਡੇ, ਜੂਨੀਅਰ ਸਾਇੰਸ ਡਾਈਜੈਸਟ ਇੰਡੀਆ, ਫਿਜਿਕਸ ਐਜੂਕੇਸ਼ਨ ਇੰਡੀਆ ਦਾ ਅਤੇ ਇੰਗਲੈਂਡ ਦਾ। ਫਿਰ ਸਾਇੰਸ ਸਕੂਲ ਸਾਇੰਸ ਰਿਵਿਊ ਇੰਗਲੈਂਡ ਦਾ ਜਰਨਲ, ਪਾਪੂਲਰ ਸਾਇੰਸ ਨਿਊਯਾਰਕ,
ਸਾਇੰਸ ਫਾਰ ਸਕੂਲਸ ਫਿਲੀਪੀਨਸ, ਸਾਇੰਸ ਸਾਇੰਟੀਫਿਕ ਅਮੈਰੀਕਨ ਨਿਊਯਾਰਕ, ਵਿਗਿਆਨ ਸਿਕਸ਼ਾ ਦਿੱਲੀ, ਸਰਚ ਸਾਇੰਸ ਟੈਕਨੋਲੋਜੀ ਐਂਡ ਸੁਸਾਇਟੀ ਆਸਟ੍ਰੇਲੀਆ, ਰਿਜਨੈਸ ਇੰਡੀਆ, ਡਾਊਨ ਟੂ ਅਰਥ ਇੰਡੀਆ, ਕਰੰਟ ਸਾਇੰਸ ਇਹ ਵੀ ਇੰਡੀਆ ਦਾ, ਬਾਇਓਲੋਜੀ ਐਜੂਕੇਸ਼ਨ ਵੀ ਇੰਡੀਆ ਦਾ, ਕੈਮਿਸਟਰੀ ਐਜੂਕੇਸ਼ਨ ਵੀ ਇੰਡੀਆ ਦਾ ਜਰਨਲ। ਇਸ ਤਰ੍ਹਾਂ ਨੇ ਜਿਹੜੇ ਜਰਨਲ ਨੇ ਮਸ਼ਹੂਰ ਸਾਇੰਸ ਦੇ, ਜਿਹੜੇ ਸਾਇੰਸ ਦੀ ਲਾਇਬ੍ਰੇਰੀ ਦਾ ਹਿੱਸਾ ਹੋਣੇ ਚਾਹੀਦੇ ਨੇ। ਤਾਂ ਇਹ ਸੀਗੇ ਸੈਕਸ਼ਨਸ ਸਾਇੰਸ ਲਾਇਬ੍ਰੇਰੀ ਦੇ। ਉਮੀਦ ਕਰਦੀ ਹਾਂ ਵੀਡੀਓ ਜਿਹੜੀ ਤੁਹਾਨੂੰ ਇਨਫੋਰਮੇਟਿਵ ਲੱਗੀ ਹੋਊਗੀ। ਤਾਂ ਬਣੇ ਰਹੋ ਚੈਨਲ ਦੇ ਨਾਲ, ਲਾਈਕ ਜ਼ਰੂਰ ਕਰੋ, ਮੋਟੀਵੇਸ਼ਨ ਲਈ ਕਮੈਂਟ ਕਰੋ, ਡੀਮੋਟੀਵੇਟ ਨਾ ਕਰੋ, ਸਿਰਫ ਮੋਟੀਵੇਸ਼ਨ ਜਿਹੜੀ ਦੇਣੀ ਚਾਹੀਦੀ ਜੇ ਤੁਹਾਡੇ ਲਈ ਕੋਈ ਐਫਰਟਸ ਹੁੰਦੇ ਨੇ। ਤਾਂ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਓਕੇ, ਥੈਂਕਸ।